ਰੈਲੀ ਹੋ ਗਈ ਹੁਣ ਤਾਂ ਤੁਸੀਂ ਜੇਲ੍ਹਾਂ ਨੂੰ ਇੱਕ ਹੋਸਟਲ ਕਹਿ ਸਕਦੇ ਹੋ ਕਿਉਂਕਿ ਜੇਲ੍ਹ ਦੇ ਵਿੱਚ ਹੋਸਟਲ 'ਚ ਕੀ ਫਰਕ ਸੀ ਫੋਨ ਦਾ ਹੀ ਫਰਕ ਸੀ ਗੱਲਾਂ ਫੋਨ ਉੱਥੇ ਹਰੇਕ ਸੈੱਲ 'ਚ ਪਹੁੰਚ ਗਏ ਔਰ ਲਗਾਤਾਰ ਪਹੁੰਚ ਰਹੇ ਜਿੱਦਾਂ ਮੈਂ ਤੁਹਾਨੂੰ ਦੱਸਿਆ ਵੀ ਜਿਹੜਾ ਮੇਰੇ ਪੁੱਤ ਦੇ ਕਾਤਲ ਨੇ ਜਿਨ੍ਹਾਂ ਨੇ ਦੋ ਮਰਡਰ ਵੀ ਉਦੋਂ ਬਾਅਦ ਜੇਲ੍ਹ ਦੇ ਵਿੱਚ ਕਰਤੇ ਉਹਨਾਂ ਕੋਲੋਂ ਵੀ ਚਾਰ ਵਾਰੀ ਮੋਬਾਈਲ ਫੋਨ ਫੜੇ ਗਏ ਇੱਕ ਅੱਧੀ ਵਾਰ ਤਾਂ ਆਪਾਂ ਮੰਨ ਲਈ ਵੀ ਗਲਤੀ ਉੱਤੋਂ ਨਹੀਂ ਫੜਾਤਾ ਕੰਧ ਉੱਤੋਂ ਨਹੀਂ ਸਿੱਧਾ ਕੰਧ ਉੱਤੋਂ ਨਹੀਂ ਸਿੱਧਿਆ ਫੋਨ ਬਚ ਰੂ ਬਾਈ 20-50 ਫੁੱਟ ਤੋਂ ਉੱਚਾ ਫੋਨ ਆ ਕੇ ਥੱਲੇ ਡਿੱਗੂਗਾ ਉਹ ਸਾਫ਼ ਤਾਂ ਰਹਿ ਜੂਗਾ ਇਹ ਕਹਿਣ ਦੀਆਂ ਗੱਲਾਂ ਨੇ ਬਿਲਕੁਲ ਸਹੀ ਰਸਤੇ ਰਾਹੀਂ ਪ੍ਰੋਵਾਈਡ ਕਰਾਇਆ ਜਾਂਦਾ ਸਾਰਾ ਕੁਛ ਇਹ ਸਾਰੀਆਂ ਗੱਲਾਂ ਮੈਂ ਆਮ ਤੌਰ 'ਤੇ ਹਰੇਕ ਐਤਵਾਰ ਨੂੰ ਕਰੂੰਗਾ ਪਰੰਤੂ ਥੋੜ੍ਹੀ ਜਿਹੀ ਆਸ ਦੀ ਕਿਰਨ ਮਾਨਯੋਗ ਹਾਈ ਕੋਰਟ ਤੋਂ ਜਾਗੀ ਹੈ ਸ਼ਾਇਦ ਆਉਣ ਵਾਲੀਆਂ 14 ਤਰੀਕ ਦੀ ਪੇਸ਼ੀ ਹੈ ਉਹ ਤੋਂ ਜ਼ਰੂਰ ਉਮੀਦ ਕਰ ਸਕਦੇ ਹਾਂ ਵੀ ਜੱਜ ਸਾਹਿਬ ਕੋਈ ਚੰਗਾ ਫੈਸਲਾ ਦੇਣਗੇ ਜਿਹਦੇ ਨਾਲ ਇਸ ਬੁਰਾਈ ਨੂੰ ਕੋਈ ਥੋੜ੍ਹੀ ਬਹੁਤੀ ਠੱਲ ਪਵੇਗੀ ਅਤੇ ਨਹੀਂ ਤਾਂ ਮੇਰਾ ਖਿਆਲ ਹੈ ਸਤਿ ਸ਼੍ਰੀ ਅਕਾਲ ਦੋਸਤੋ ਸਿੱਧੂ ਮੂਸੇਵਾਲਾ ਦੇ ਕੇਸ ਦੇ ਵਿੱਚ ਆਇਆ ਨਵਾਂ ਮੋੜ ਲੋਰੈਂਸ ਬਿਸ਼ਨੋਈ ਨੇ ਮਾਰਿਆ ਯੂ ਟਰਨ ਲੋਰੈਂਸ ਬਿਸ਼ਨੋਈ ਇਸ ਕੇਸ ਦੇ ਵਿੱਚੋਂ ਲੱਤਾਂ ਖਿੱਚਦਾ ਦਿਖਾਈ ਦਿੱਤਾ ਅਤੇ ਸਿੱਧੂ ਮੂਸੇਵਾਲਾ ਦੇ ਬਾਪੂ ਬਲਕੌਰ ਸਿੰਘ ਨੇ ਹਵੇਲੀ ਤੋਂ ਲਾਈਵ ਆ ਕੇ ਖੋਲ੍ਹਤੇ ਸਾਰੇ ਚਿੱਠੇ ਲੋਰੈਂਸ ਬਿਸ਼ਨੋਈ ਦੇ ਕੀ ਆ ਅੱਗੇ ਦੀ ਵੀਡੀਓ ਚੈੱਕ ਕਰੋ ਚੱਲ ਪਿਆ ਪੰਜਾਬ ਦੇ ਦੋ ਦਰਾਡੇ ਇਲਾਕੇ ਤੋਂ ਪਹੁੰਚੇ ਪੁੱਤ ਨੂੰ ਪਿਆਰ ਕਰਨ ਵਾਲੇ ਚੱਲਿਆ ਨੀ ਮੇਰੇ ਭੈਣ ਭਰਾਵੋ ਨੌਜਵਾਨ ਬੱਚੇ ਬੱਚਿਓ ਸਭ ਤੋਂ ਪਹਿਲਾਂ ਫਤਿਹ ਅਰਜ ਕਰਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਕਰੀਬਨ ਪਿਛਲੇ 1.5 ਸਾਲ ਤੋਂ ਤੁਹਾਡਾ ਆਉਣਾ ਜਾਣਾ ਤੁਹਾਡੀ ਸਪੋਰਟ ਜੋ ਤੁਸੀਂ ਪਰਿਵਾਰ ਦੇ ਨਾਲ ਸਨੇਹ ਜਿਤਾਇਆ ਦੁੱਖਰੀ ਘੜੀ ਦੇ ਵਿੱਚ ਸਾਥ ਦਿੱਤਾ ਮੈਂ ਤੁਹਾਡਾ ਸਾਰੀ ਉਮਰ ਦਾ ਕਰਜ਼ਦਾਰ ਹਾਂ ਕਿਉਂਕਿ ਇੱਕ ਤੁਸੀਂ ਹੋ ਜਿਨ੍ਹਾਂ ਨੇ ਪਰਿਵਾਰ ਦਾ ਸਾਥ ਦਿੱਤਾ ਨਾ ਹੀ ਇਸ ਬੁਰੇ ਵਕਤ ਦੇ ਵਿੱਚ ਭੱਜਣ ਵਾਲੇ ਬੰਦਿਆਂ ਦੀ ਗਿਣਤੀ ਨਹੀਂ ਕਰ ਸਕਿਆ ਮੈਂ ਸਭ ਛੱਡ ਕੇ ਜਿਹੜਾ ਇਕੱਲਾ ਪੈਂਦਾ ਦਿਖਾਈ ਦਿੱਤਾ ਜੇ ਇਕੱਲਾ ਨਹੀਂ ਪਿਆ ਤਾਂ ਇੱਕ ਤੁਹਾਡੀ ਤਰਫੋਂ ਨਹੀਂ ਪਿਆ ਤੁਸੀਂ ਸਰਕਾਰਾਂ ਨੂੰ ਵੀ ਇਹ ਗੱਲ ਜਿਤਾਈ ਵੀ ਸਿੱਧੂ ਦਾ ਸਟੈਂਡ ਬਿਲਕੁਲ ਸਹੀ ਸੀ ਉਹ ਅਣਭੋਲ ਬੱਚਾ ਇੱਕ ਫੱਕਰ ਬਿਰਤੀ ਦਾ ਇਨਸਾਨ ਸੀ ਜਿਹੜਾ ਸਟਰਗਲ ਕਰਦਾ ਕਰਦਾ ਕਾਮਯਾਬ ਹੋਇਆ ਪਰੰਤੂ ਅਪਰਾਧੀਆਂ ਦੀਆਂ ਭੈੜੀਆਂ ਨਜ਼ਰਾਂ ਦਾ ਸ਼ਿਕਾਰ ਹੋ ਗਿਆ ਉਹਦੇ ਜਸਟਿਸ ਦੇ ਲਈ ਲਗਾਤਾਰ ਸਾਡੇ ਪਰਿਵਾਰ ਵੱਲੋਂ ਤੁਹਾਡੇ ਵੱਲੋਂ ਕਦੇ ਕੈਂਡਲ ਮਾਰਚ ਕਦੇ ਕੁਛ ਸਮੇਂ ਸਮੇਂ ਦੇ ਉੱਤੇ ਆਪਾਂ ਪੈਂਤਰੇ ਬਦਲਦੇ ਰਹਿੰਦੇ ਹਾਂ ਹਰ ਅਰਜੋਈ ਹਰ ਕੋਸ਼ਿਸ਼ ਹਰੇਕ ਅਪੀਲ ਹਰ ਦਰਵਾਜ਼ੇ 'ਤੇ ਆਪਾਂ ਪਹੁੰਚੇ ਹੁਣ ਆਪਾਂ ਜ਼ਿਆਦਾਤਰ ਜਿਹੜਾ ਆਪਣਾ ਧਿਆਨ ਹੈ ਉਹ ਕੋਰਟ ਵੱਲ ਹੈ ਮਾਨਯੋਗ ਅਦਾਲਤ ਵੱਲੋਂ ਕਾਫ਼ੀ ਪਿਛਲੇ ਦਿਨਾਂ ਦੇ ਵਿੱਚ ਨਿਰਣੇ ਲਏ ਗਏ ਨੇ ਜਿਨ੍ਹਾਂ ਤੋਂ ਆਪਾਂ ਨੂੰ ਉਮੀਦ ਵੀ ਵੱਜਦੀ ਹੈ ਕਿਉਂਕਿ ਜੇ ਸਾਡਾ ਅੱਜ ਆਪਾਂ ਜੇਲ੍ਹਾਂ ਦੇ ਸਿਸਟਮ ਦੀ ਗੱਲ ਕਰੀਏ ਬਿਲਕੁਲ ਸਰਕਾਰ ਤੋਂ ਬਾਕੀ ਹੈ ਕੋਈ ਲੱਖ ਗੱਪ ਮਾਰੀ ਜਾਵੇ ਇਸ ਗੱਲ ਨੂੰ ਪਰੰਤੂ ਜੇਲ੍ਹਾਂ ਦੇ ਵਿੱਚ ਫੋਨ ਜੇਲ੍ਹ ਮੈਨੂਅਲ ਦੀਆਂ ਬਿਲਕੁਲ ਧੱਜੀਆਂ ਉਡਾਈਆਂ ਜਾ ਰਹੀਆਂ ਮੇਰੇ ਪੁੱਤ ਦੇ ਕਾਤਲ ਚਾਰ ਵਾਰ ਫੋਨ ਪੜੇ ਜਾ ਚੁੱਕੇ ਪਿਛਲੇ 9 ਮਹੀਨਿਆਂ ਦੇ ਵਿੱਚ ਹੁਣ ਤੁਸੀਂ ਇੱਥੋਂ ਅੰਦਾਜ਼ਾ ਲਾ ਲਓ ਵੀ ਜੇਲ੍ਹਾਂ ਦੇ ਅੰਦਰ ਦਾ ਹਾਲਾਤ ਕੀ ਹੈ
कोई रोक टोक नहीं। अपराधी एक बहुत जेतू फीलिंग लेंदे है क्योंकि आप तो सेफ हो जाते अंदर जाके और लोगों के जवाकों का शिकार खेडन दियां प्लानिंगां अंदर बह के बड़ी आसानी दे नाल कर जाते। और जिथे तुहानूं पता है मैं दोषी ने वीडियो बना के सोशल मीडिया के उत्ते पाती। देखो दोनों सरकारां दी मिली भुगत दे नाल अज तक वो वीडियो सोशल मीडिया से चल रही है। मेरा ख्याल 11 मिलियन तो ज्यादा व्यूज कर चुकी है, परंतु ओनू हले तक ओनू रिमूव करन दा ओनू बंद करन दा कोई फैसला नहीं लिया। जबकि मेरे बच्चे का एस वाई लगाना 24 घंटों के बंद करके वह मारिया यूट्यूब। ये तो तुम समझ सकते हो भी जिहड़ा गैंगस्टरवाद है ये कोई बुराई ऐदा ही नहीं भी ऐदा ही उठ के कोई कतल होने लग गया। ये बहुत बड़ा नेक्सस है जो साढ़े आगुआ वालों मिली भुगत दे नाल चलाया जा रहा है। ये खत्म कदों होंदा किस मुकाम ते जाके होवेगा ये परमात्मा जानता है। ये किन्ना कि नुकसान करूंगा थोड़ा करूँ बड़ा करूँ हले ये वाहगुरू के हाथ च है, परंतु अपनी परमात्मा ने जो ड्यूटी लाई है ये प्रति थोड़े सामने गल रखनी। क्योंकि जिहड़ा बंदा पीड़ित होंदा जिहड़ा जिस बुराई दे नाल जूझदा कुदरती गल है उहदे कोले जानकारी भी तुहाडे नूं ज्यादा हो जाती है क्योंकि 24 घंटे दिमाग ही इस पासे लगे रहिंदा है कौन की करी जांदा कौन की करी जांदा। परंतु सरकार वल्लों जां लीडरां वल्लों इस मुद्दे ते बहुत घट बोलिया जांदा है। हो सकता है वह अपने परिवारां नूं लैके चिंतित होण भी सानू ना कल कोई प्रॉब्लम आ जाए। ये उत्ते बयान बहुत घट इक्का दुक्का लीडर बोल रहे हैं बाकी सारे चुप है और बोलना पऊगा। कल अग ये मेरे दर के उत्ते सी कल राजस्थान च पागी कल किसी होर समुदाय का आगू ये जिमें जिमें अगे जाऊगी उमें उमें फिर अखा दुखनगियां तो पट्टियां सारे बंधनिया पैणगियां ये रोकने वाली नहीं है। तुसीं वेख्या होना पिछली सरकारां दे विच भी साढ़े बठिंडे PSPL दियां पोस्टां ने 2-3 एक तां खास करके मोदी जिहनूं आपां कह दिंदे मलाई वाली पोस्ट है उस पोस्ट ते अफसर लगन वास्ते पोलीटिकल लीडर मैं लड़ते वेखे आपस दे विच मेरा बंदा लगूगा वह कहता सी मेरा बंदा लगूगा। पर मैं सारे राजनीतिक लीडर नूं ये गल कहना अज वेली पई है ला लो भाई अज उस पोस्ट के उत्ते कोई ज्वाइन नहीं करता अफसर। हुण तुसीं पुछोगे जे मलाई वाली पोस्ट है तो ज्वाइन क्यों नहीं करता क्योंकि फरौती की कॉल आउंदी है फरौती की कॉल भी अफसर के घर आई दे फोन ते आउंदी है उहदे स्कूल जाते बच्चे की फोटो विखाउंदे ने अगले भी इहनूं 1:30 बजे वापस लेके जाना कि नहीं। आ हालात साढ़े पंजाब के लॉ एंड ऑर्डर दे है जे मेरी गल झूठी होगी तो मैनूं सजा दिओ इस गल की। मैं बड़ी जिम्मेवारी नाल गल्लां कहना परंतु सरकार साड़ी चुप है CM साहब साड़े चुप ने जेल मंत्री वह ने जिन्ना मैं ये नहीं कहता भी पहला राम राज चलता सी ठीक है सीगा माड़ा मोटा पहला भी सी परंतु हुण तां बेखौफ डर डुक्कर तो बिल्कुल सिस्टम तो उत्तों की गल ही होगी। हुण तां तुसीं जेलां नूं एक होस्टल कह सकते हो क्योंकि जेल के बिच होस्टल च की फर्क सी फोन का ही फर्क सी गल्ला फोन उत्थे हरेक सैल च पहुंच गए और लगातार पहुंच रहे। जिदा मैं तुम दस भी जेड़ा मेरे पुत्र के कातल ने जिन्होंने 2 मर्डर भी उदू बाद जेल के करते
ਉਹਨਾਂ ਕੋਲੋਂ ਵੀ ਚਾਰ ਵਾਰੀ ਮੋਬਾਈਲ ਫੋਨ ਫੜੇ ਗਏ। ਇੱਕ ਅੱਧੀ ਵਾਰ ਤਾਂ ਆਪਾਂ ਮੰਨ ਲਈ ਵੀ ਗਲਤੀ ਉੱਤੋਂ ਨਹੀਂ ਫੜਾਤਾ, ਕੰਧ ਉੱਤੋਂ ਨਹੀਂ ਸਿੱਟਤਾ, ਕੰਧ ਉੱਤੋਂ ਨਹੀਂ ਸਿੱਟਿਆ, ਫੋਨ ਬਚ ਰਹੂਗਾ ਜੀ। 20-50 ਫੁੱਟ ਤੋਂ ਉੱਚਾ ਫੋਨ ਆ ਕੇ ਥੱਲੇ ਡਿੱਗੂਗਾ, ਉਹ ਸਾਫਤਾ ਰਹਿ ਜੂਗਾ। ਇਹ ਕਹਿਣ ਦੀਆਂ ਗੱਲਾਂ ਨੇ ਸਰ। ਬਿਲਕੁਲ ਸਹੀ ਰਸਤੇ ਰਾਹੀਂ ਪ੍ਰੋਵਾਈਡ ਕਰਾਇਆ ਜਾਂਦਾ ਸਾਰਾ ਕੁਛ। ਇਹ ਸਾਰੀਆਂ ਗੱਲਾਂ ਮੈਂ ਆਮ ਤੌਰ 'ਤੇ ਹਰੇਕ ਐਤਵਾਰ ਨੂੰ ਕਰੂੰਗਾ, ਪਰੰਤੂ ਥੋੜ੍ਹੀ ਜਿਹੀ ਆਸ ਦੀ ਕਿਰਨ ਮੰਨ ਜੋ ਹਾਈ ਕੋਰਟ ਤੋਂ ਜਾਗੀ ਹੈ, ਸ਼ਾਇਦ ਆਉਣ ਵਾਲੀਆਂ 14 ਤਰੀਕ ਦੀ ਪੇਸ਼ੀ ਹੈ, ਉਹ ਤੋਂ ਜ਼ਰੂਰ ਉਮੀਦ ਕਰ ਸਕਦੇ ਹਾਂ ਵੀ ਜੱਜ ਸਾਹਿਬ ਕੋਈ ਚੰਗਾ ਫੈਸਲਾ ਦੇਣਗੇ ਜਿਹਦੇ ਨਾਲ ਇਸ ਬੁਰਾਈ ਨੂੰ ਕੋਈ ਥੋੜ੍ਹੀ ਬਹੁਤੀ ਠੱਲ ਪਵੇਗੀ। ਅਤੇ ਨਹੀਂ ਤਾਂ ਮੇਰਾ ਖਿਆਲ ਹੈ ਜਿੰਨੇ ਪੰਜਾਬ ਦੇ ਵਿੱਚ ਕਤਲ ਹੋਏ ਆ ਵੀਰੋ, ਸਭ ਦੇ ਮੂੰਹ ਬੰਦ ਨੇ, ਸਾਰੇ ਬੰਦ ਨੇ, ਇੱਕ ਵੀ ਬੰਦਾ ਕਦੇ ਕਿਸੇ ਉਸ ਦਾ ਭੈਣ ਭਾਈ, ਉਹਦਾ ਗਾਰਡੀਅਨ ਕੋਈ ਤੁਸੀਂ ਬੋਲਦਾ ਵੇਖਿਆ ਅੱਜ ਤੱਕ ਕਿਸੇ, ਕਹਿੰਦਾ ਹੋਵੇ ਜਾਂ ਮੇਰੇ ਧੱਕਾ ਹੋ, ਨਹੀਂ, ਸਾਰੇ ਚੁੱਪ ਹੈ ਯਾਰ, ਸਮਝ ਨਹੀਂ ਆਉਂਦੀ। ਕਦ ਤੱਕ ਚੁੱਪ ਕਰੋਗੇ, ਤੁਹਾਨੂੰ ਬੋਲਣਾ ਪਊਗਾ। ਮੈਂ ਡਰੀਆ ਵਾਂ, ਮੈਂ ਖੜਾ ਵੀਰੋ, 5 ਸਟੈਂਟ ਪਏ, ਮਰਨਾ ਤਾਂ ਊਂ ਵੀ ਹੈ, ਜੇ ਗੋਲੀ ਨਾ ਮਰ ਜਾਂਗੇ ਘੱਟੋ ਘੱਟ ਕਿਸੇ ਰਸਤੇ 'ਤੇ ਤਾਂ ਜਾ ਕੇ ਮਰਾਂਗੇ, ਕਿਸੇ ਬੁਰਾਈ ਦੇ ਖਿਲਾਫ ਲੜਦੇ ਹੋਏ ਤਾਂ ਮਰਾਂਗੇ, ਕਿਤੇ ਗਿਣਤੀ ਤਾਂ ਹੋਊਗੀ ਤੁਹਾਡੀ। ਸਾਨੂੰ ਖੜੇ ਹੋਣਾ ਪੈਣਾ, ਅੱਜ ਹੋ ਜਾਓ ਚਾਹੇ ਕੱਲ ਹੋ ਜਾਓ, ਆਪਦੀਆਂ ਸਰਕਾਰਾਂ ਤੇ ਆਪਣੇ MLA ਸਾਹਿਬਾਂ ਤੇ ਦਬਾਅ ਬਣਾਓ ਇਸ ਗੱਲ ਦਾ, ਇਹਦਾ ਹੱਲ ਕਰੋ ਕੋਈ। ਤੁਹਾਡੀ ਵਿਸ਼ਵ ਭਰ ਦੇ ਉੱਤੇ ਬਦਨਾਮੀ ਹੋ ਰਹੀ ਹੈ। ਪੰਜਾਬ ਇੱਕ ਇੱਜ਼ਤਦਾਰ ਸਟੇਟ ਸੀ, ਰੋਇਲ ਸਟੇਟ ਅਸੀਂ ਮੰਨਦੇ ਹਾਂ ਸਟੇਟ ਨੂੰ, ਹਰੇਕ ਬੰਦਾ ਇੱਥੇ ਢਿੱਡ ਭਰ ਕੇ ਰੱਜ ਕੇ ਸੌਂਦਾ, ਭੁੱਖਾ ਨਹੀਂ ਸੌਂਦਾ ਇਸ ਧਰਤੀ ਤੇ ਕੋਈ, ਕਿੰਨਾ ਵੀ ਗਰੀਬ ਹੈ, ਪਰੰਤੂ ਤੁਸੀਂ ਇਹਦਾ ਜਲੂਸ ਕੱਢ ਕੇ ਰੱਖਦਾ, ਇਹ ਗੁੰਡੇ ਮਵਾਲੀਆਂ ਦੀ ਧਰਤੀ ਬਣਾਤੀ ਸਾਰੀ, ਇਹ ਕਿੰਨੇ ਕੁ ਬਾਹਰ ਭੇਜੋਗੇ? ਕਿਉਂਕਿ ਜ਼ਿਆਦਾਤਰ ਜਿਹੜੇ ਬੰਦੇ ਅਫਸਰ ਨੇ ਪੁਲਿਸ ਦੇ ਵਿੱਚ ਨੇ, ਜ਼ਿਆਦਾਤਰ ਬੱਚੇ ਸਭ ਦੇ ਬਾਹਰ ਨੇ। ਜਿਹੜੇ ਤੁਸੀਂ ਆਮ ਰਹਿ ਗਏ, ਜਿਹੜੇ 15-20 ਲੱਖ ਲਾ ਨਹੀਂ ਸਕਦੇ ਮਜ਼ਬੂਰੀ, ਬਸ ਉਹ ਬੈਠੇ ਹੋ, ਨਹੀਂ ਜਿਹਦਾ ਜਿਵੇਂ ਹੱਥ ਪਾਈ ਜਾਂਦਾ ਲਾ ਲਾ ਕੇ ਨਿਕਲੀ ਜਾਂਦੇ ਆ ਸਾਰੇ, ਉਹੀ ਚੀਜ਼ ਇਹ ਚਾਹੁੰਦੇ ਆ। ਸੋ ਮੇਰੀ ਤੁਹਾਡੇ ਸਾਰਿਆਂ ਦੇ ਚਰਨਾਂ 'ਚ ਬੇਨਤੀ ਹੈ, ਇਹ ਸਾਡੇ ਪੁਰਖਿਆਂ ਦੀ ਜਗ੍ਹਾ, ਅਸੀਂ ਨਹੀਂ ਛੱਡ ਕੇ ਜਾਵਾਂਗੇ। ਅਸੀਂ ਆਖ ਮੇਰਾ ਪੁੱਤ ਵੀ ਉੱਥੋਂ ਦਾ ਪੱਕਾ ਹੁੰਦਾ ਹੋਇਆ ਵੀ ਛੱਡ ਕੇ ਇੱਥੇ ਆਇਆ ਸੀ। ਹੁਣ ਇਸ ਚੀਜ਼ ਨੂੰ ਉਦਾਹਰਣ ਨਾ ਬਣਾ ਲਓ ਵੀ ਜੇ ਸਿੱਧੂ ਨੂੰ ਮਾਰਤਾ ਤਾਂ ਸਾਨੂੰ ਵੀ ਸਾਰਿਆਂ ਨੂੰ ਮਾਰ ਦੇਣਗੇ, ਯਾਰ ਇੰਨੇ ਕਮਜ਼ੋਰ ਨਹੀਂ ਆਪਾਂ, ਅਸੀਂ ਆਪਣੀ ਧਰਤੀ 'ਤੇ ਬਕਾਇਦਾ ਰਹਾਂਗੇ, ਇੱਜ਼ਤ ਨਾਲ ਰਹਾਂਗੇ, ਕਾਇਦੇ ਕਾਨੂੰਨ ਨਾਲ ਰਹਾਂਗੇ। ਔਰ ਇਹਨਾਂ ਲੀਡਰਾਂ 'ਚ ਇੱਕ ਚੰਗੀਆਂ ਮਾੜੀਆਂ ਸਰਕਾਰਾਂ ਆਉਂਦੀਆਂ ਰਹਿੰਦੀਆਂ ਨੇ, 2-2.5 ਸਾਲ ਟੱਪ ਗਏ ਨੇ, ਐਵੇਂ ਜਿਵੇਂ ਚੰਗਾ ਮਾੜਾ ਸਮਾਂ ਲੰਘ ਜਾਂਦਾ ਹੁੰਦਾ। ਤਾਂ ਪੰਜਾਬੀਓ, ਹੌਸਲਾ ਨਾ ਛੱਡੋ ਭਰਾਵੋ, ਇਸ ਬੁਰਾਈ ਅੱਗੇ ਗੋਡੇ ਨਾ ਟੇਕੋ, ਬੋਲੋ ਇਹਦੇ ਖਿਲਾਫ, ਭੁਗਤੋ ਇਹਨਾਂ ਦੇ, ਨਹੀਂ ਤਾਂ ਸਾਰੇ ਹੀ ਮੇਰੇ ਰਸਤੇ 'ਤੇ ਆਉਂਦੇ ਨੂੰ ਦੇਰ ਨਹੀਂ ਲੱਗਣੀ ਬਹੁਤੀ। ਕੋਈ ਅੱਛਾ ਕਾਰੋਬਾਰੀ, ਅੱਛੀ ਦੁਕਾਨ ਕਰਨ ਵਾਲਾ, ਮੇਰੀ ਅਕਸਰ ਹੀ ਵਪਾਰ ਮੰਡਲ ਦੇ ਪ੍ਰਧਾਨ ਨੇ ਉਹਨਾਂ ਨਾਲ ਗੱਲ ਹੁੰਦੀ ਰਹਿੰਦੀ ਹੈ। ਜਿਹੜਾ ਬੰਦਾ ਕਿਸੇ ਜਥੇਬੰਦੀ ਦੀ ਅਗਵਾਈ ਕਰਦਾ ਉਹਨੂੰ ਪਤਾ ਲੱਗਦਾ ਵੀ ਕਿੰਨੀਆਂ ਕੌਲਾਂ ਫਰੌਤੀ ਨੇ ਆਉਂਦੀਆਂ ਰੋਜ਼। ਉਹ ਭਾਈ ਸਾਹਿਬ ਨੇ ਮੈਨੂੰ ਦੱਸਿਆ, ਕਹਿੰਦਾ ਵੀਰ ਜੀ ਇੰਨੀਆਂ ਗੰਦੀਆਂ ਗਾਲਾਂ ਦਿੰਦੇ ਹੈ, ਫਰੌਤੀ ਤਾਂ ਮੰਗਦੇ ਮੰਗਦੇ ਹੈ, ਜੇ ਤੁਸੀਂ ਉਹਨਾਂ ਦੀ ਲੈਂਗੁਏਜ ਦੇਖੋ, ਇੰਨੀ ਭੱਦੀ ਸ਼ਬਦਾਵਲੀ ਵਰਤਦੇ ਹੈ, ਜੇ ਤੂੰ ਫਲਾਣੇ ਦਿਨ ਨੂੰ ਨਾ ਦਿੱਤੇ ਤਾਂ ਧੀ ਭੈਣ ਇੱਕ ਕਰ ਦਿੰਦੇ ਆ, ਕਹਿੰਦਾ ਗੱਲ ਕਰਦੇ ਆ। ਯਾਰ ਅਸੀਂ ਇਹੋ ਜਿਹੇ ਐਂਡ ਆਰਡਰ ਦੇ ਵਿੱਚ ਰਹਿ ਰਹੇ ਹਾਂ, ਅਸੀਂ ਤਾਂ ਆਪਣੀਆਂ ਜਿਹੜੀਆਂ ਮੂਲ ਸਮੱਸਿਆਵਾਂ ਸੀ ਉਹਨਾਂ ਨੂੰ ਭੁੱਲ ਗਏ ਹਾਂ। ਅੱਗੇ ਮਸਲੇ ਬੇਰੁਜ਼ਗਾਰੀ ਦੇ ਹੁੰਦੇ ਸੀ, ਖੁਦਕਸ਼ੀਆਂ ਦੇ ਮਸਲੇ ਹੁੰਦੇ ਸੀ, ਜਿਨਸਾਂ ਦੇ ਭਾਵਾਂ ਦੀ ਗੱਲ ਹੁੰਦੀ ਸੀ, ਸਾਨੂੰ ਸਾਰੀਆਂ ਭਲਾਟੀਆਂ, ਹੁਣ ਅਸੀਂ ਇਕੱਲੇ ਸਾਹਾਂ ਦੀ ਗੱਲ ਕਰਦੇ ਹਾਂ। ਯਾਰ ਸਾਨੂੰ ਇਕੱਲੀ ਸਾਹ ਲੈ ਲੈਣ ਦਿਓ, ਸਾਨੂੰ ਜਿੰਦਾ ਰਹਿਣ ਦੀ ਆਗਿਆ ਦੇ ਦਿਓ, ਇਕੱਲੀ ਜਦੋਂ ਭੁੱਖ ਲੱਗੂਗੀ ਕਮਾ ਕੇ ਵੀ ਖਾ ਲਾਂਗੇ। ਸੋ ਤੁਹਾਡੇ ਨਾਲ ਇਹ ਗੱਲਾਂ ਕਰਨ ਦਾ ਵੀ ਮੈਂ ਆਪਦੇ ਦੁਖੀ ਮਨ ਦੇ ਨਾਲ ਤੁਹਾਡੇ ਅੱਗੇ ਰੱਖਦਾ ਵੀ ਯਾਰ ਇੱਕ 2 ਕਮਰਿਆਂ ਦੇ ਮਕਾਨ 'ਚੋਂ ਉੱਠ ਕੇ ਮਹਿਲ ਮਾੜੀਆਂ ਤੱਕ ਪਹੁੰਚਣ ਵਾਲਾ ਜਵਾਕ, ਇਹਨਾਂ ਨੇ 10 ਰਾਤਾਂ ਨਹੀਂ ਇੱਥੇ ਸੌਣ ਦਿੱਤਾ, ਆਸ ਤੁਸੀਂ ਵੀ ਨਾ ਰੱਖੋ ਵੀ ਤੁਹਾਡਾ ਕੋਈ ਬਾਲ ਬਿੰਗਾ ਨਹੀਂ ਕਰੂਗਾ। ਇਹਨਾਂ ਨੂੰ ਤਾਂ ਜਦੋਂ ਪਤਾ ਲੱਗ ਗਿਆ ਵੀ ਮਾੜਾ ਸੌਖਾ 20-30 ਲੱਖ ਰੁਪਇਆ ਕਿਸੇ ਪਾਸੋਂ ਆ ਗਿਆ, ਇਹਨਾਂ ਨੇ ਘੰਟੀ ਖੜਕਾਉਣ ਲੱਗਿਆਂ ਨੇ, ਬਹੁਤੀ ਦੇਰ ਨਹੀਂ ਲਾਉਣੀ। ਅੱਗੇ ਜੇ ਕੋਈ ਕ੍ਰਾਈਮ ਹੋ ਜਾਂਦਾ, ਕਿਸੇ ਦੇ ਗੁੱਟ 'ਤੇ ਹੱਥ ਕੜੀ ਲੱਗਦੀ ਨਾ,
ਬੰਦਾ ਮਹਿਸੂਸ ਕਰਦਾ ਸੋਸਾਇਟੀ ਦੇ ਵਿੱਚ ਪੇਛੀ ਤੇ ਜਾਂਦਾ ਵੀ ਸ਼ਰਮ ਵਾਲੀ ਗੱਲ ਹੈ ਯਾਰ ਮੇਰੇ ਵੀਰੇ ਸੰਗਲ ਕਾਹਤੋਂ ਲੱਗਿਆ। ਹੁਣ ਪ੍ਰਾਊਡ ਫੀਲ ਕਰਦੇ ਆ, ਹੁਣ ਕਾਲਰ ਫੜ ਫੜ ਕੇ ਭਾਈ ਰੀਲਾਂ ਪਾਉਂਦੇ ਆ। ਕੋਈ ਹੱਦ ਹੁੰਦੀ ਹੈ ਤਾਂ ਸਰਕਾਰ ਚੁੱਪ ਹੈ, ਲੋਕ ਮਰੀ ਜਾਂਦੇ ਆ ਤਾਂ ਫਿਰ ਇਹ ਚ ਉਹਨਾਂ ਨੇ ਭਾਈ ਰੀਲਾਂ ਪਾਉਣੀਆਂ ਹੀ ਨੇ ਜਦੋਂ ਉਹਨਾਂ ਨੂੰ ਪਤਾ ਹੈ ਵੀ ਕੋਈ ਸਜ਼ਾ ਨਹੀਂ ਹੈ। ਮੈਂ ਸਰਕਾਰ ਦੇ ਚਰਨਾਂ ਚ ਬੇਨਤੀ ਕਰਦਾ, ਸਮਾਂ ਰਹਿੰਦੇ ਜਾਗ ਜਾਓ, ਕੋਈ ਕੈਪੀਟਲ ਸਜ਼ਾ ਦਾ ਪ੍ਰਬੰਧ ਕਰ ਦਿਓ। ਸਾਡੇ ਲੋਕਾਂ ਦੀ ਜਾਨ ਇੰਨੀ ਸਸਤੀ ਨਹੀਂ ਵੀ ਇਹਨੂੰ ਜਿਹੜਾ ਮਰਜ਼ੀ ਮਾਰ ਕੇ ਤੁਰ ਜੇ। ਤੁਸੀਂ ਸਖਤੀ ਦੇ ਨਾਲ ਪੇਸ਼ ਆ ਜਾਓ, ਚੰਗੇ ਰਹੋਗੇ, ਨਹੀਂ ਇਹਨਾਂ ਗੁੰਡਿਆਂ ਨੇ ਤੁਹਾਨੂੰ ਜਿਤਾਉਣਾ ਨੀ। ਦੁਬਾਰੇ ਤੁਹਾਨੂੰ ਲੋਕ ਜਿਹੜੇ ਘਰਾਂ ਚੋਂ ਨਿਕਲ ਕੇ ਆਏ ਉੱਥੇ ਭੇਜ ਦੇਣਗੇ ਦੁਬਾਰੇ। ਸੋਚੀ ਖੜੇ ਸਾਰੇ, ਕੋਈ ਬਾਲੀ ਵਾਰਸਾ ਨੂੰ ਦਿਸ ਨਹੀਂ ਰਿਹਾ ਆਪਦਾ ਆਸੇ ਪਾਸੇ। ਸੋ ਇੰਨੀਆਂ ਗੱਲਾਂ ਕਹਿੰਦਾ, ਕੋਈ ਸ਼ਬਦ ਵੱਧ ਘੱਟ ਕਹਿ ਗਿਆ ਹੋਵੇ, ਕਿਸੇ ਵੀਰ ਨੂੰ ਕੋਈ ਸ਼ਬਦ ਚੁੱਭ ਗਿਆ ਹੋਵੇ ਤਾਂ ਹੱਥ ਜੋੜ ਕੇ ਤੁਹਾਡੇ ਸਾਰਿਆਂ ਤੋਂ ਸੰਗਤ ਤੋਂ ਮਾਫ਼ੀ ਮੰਗਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਹੀ ਸਤਿਕਾਰਯੋਗ ਵੱਖ ਵੱਖ ਪਿੰਡਾਂ ਤੋਂ ਆਏ ਹੋਏ ਸਾਰੇ, ਪੰਜਾਬ ਭਰ ਤੋਂ ਸਿੱਧੂ ਨੂੰ ਚਾਹੁਣ ਵਾਲੇ ਸਾਰੇ, ਵੱਡੀ ਗਿਣਤੀ ਪਹੁੰਚੇ, ਉਹ ਸਾਰਿਆਂ ਨੂੰ ਇੱਥੇ ਪਹੁੰਚਣ ਤੇ ਜੀ ਆਇਆ। ਸੋ ਸਾਰਿਆਂ ਨੂੰ ਬੇਨਤੀ ਹੈ ਵੀ ਇਕੱਲੇ ਇਕੱਲੇ ਨੂੰ ਨਹੀਂ ਮਿਲਿਆ ਜਾਣਾ, ਕਿਉਂਕਿ ਵੱਡੀ ਗਿਣਤੀ